दो सके भरावां दे वल्लों जलंधर नेड़े ब्यास दरिया दे विच छाला मारन दे मामले विच श्रोमणी अकाली दल दे सीनियर लीडर अते साबका मंत्री बिक्रम सिंह मजीठिया ने पुलिस अधिकारियों ते जलंधर केंद्रीय तों विधायक रमन अरोड़ा दे खिलाफ मिलीभुगत दे इल्जाम लाए ने। मजीठिया ने दोष लाया कि मुअत्तल होण अते लाइन हाजिर होण दे बावजूद SHO नवदीप सिंह नूं वारी वारी शहर दे थाणियां विच तैनात किया जा रहा सी क्योंकि उसकी आम आदमी पार्टी के विधायक रमन अरोड़ा ते नशा तस्करां दे नाल गूढ़ी सांझ है। सारी डिटेल है, जे तुसीं चाहोगे मैं इस तो बाद थोड़े नाल शेयर कर लूंगा। इस तो ता पता लगता कि उहदी किड्डी ताकत है कि वह आपकी बदली कमिश्नर बदल जाते हैं, SP बदल जाते हैं, मगर नवदीप सिंह नूं कोई ताकत हिला नहीं सकती। हुण तुसीं भी सियाने हो कि नवदीप सिंह दे मगर यह जी ताकत कौन है। और मैं स्पष्ट तौर पर जेड़े मैं थाने कढ़े है उहदे च स्पष्ट तौर पर एक गल सामने हो के आउंदी है कि रमन अरोड़ा दी उहदे ते बहुत वड्डी मेहरबानी है, नहीं तो बंदा तो कदों का डिसमिस हो जाता। और थोनू शायद पता नहीं है, पहला भी डिसमिस होया हो एक बार, ये डिसमिस हो के बहाल होया हो 5 साल 3 साल या 5 साल ये बाहर आस्ट्रेलिया भी चले गया, आस्ट्रेलिया तो भी डिपोर्ट होया हो, क्योंकि ਇਹਦੇ ਚ ਨੁਕਸ ਹਰ ਤਰੀਕੇ ਦਾ ਹੀ ਹੈ। ਮੁਲਜ਼ਮ ਥਾਣੇਦਾਰ ਬਾਰੇ ਨਵੇਂ ਖੁਲਾਸੇ ਕਰਦਿਆਂ ਮਜੀਠੀਆ ਨੇ ਦੱਸਿਆ ਕਿ ਨਵਦੀਪ ਸਿੰਘ ਉਹ ਵਿਵਾਦਿਤ ਵਿਅਕਤੀ ਹੈ ਜਿਸ ਨੂੰ ਪਹਿਲਾਂ ਵੀ ਬਰਖਾਸਤ ਕੀਤਾ ਗਿਆ ਸੀ। ਉਹ ਆਸਟ੍ਰੇਲੀਆ ਵੀ ਗਿਆ ਸੀ ਪਰ ਉੱਥੋਂ ਵੀ ਉਸ ਨੂੰ ਉਹਦੀਆਂ ਗਲਤ ਹਰਕਤਾਂ ਕਰਕੇ ਡਿਪੋਰਟ ਕਰ ਦਿੱਤਾ ਗਿਆ ਸੀ। ਜਦੋਂ ਕਹਿੰਦੇ ਨਵਦੀਪ ਸਿੰਘ ਰਾਮਾ ਮੰਡੀ ਥਾਣੇ 'ਚ ਤੈਨਾਤ ਸੀ ਤਾਂ ਉੱਥੋਂ ਦੇ ਇੱਕ ਨਿੱਜੀ ਸਕੂਲ 'ਚ 35 ਲੱਖ ਰੁਪਏ ਦੀ ਚੋਰੀ ਹੋਈ ਸੀ। ਉਸ ਕੇਸ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ 8 ਲੱਖ ਦੀ ਰਿਕਵਰੀ ਤਾਂ ਦਿਖਾ ਦਿੱਤੀ ਸੀ ਪਰ ਬਾਕੀ ਰਕਮ ਖੁਰਦ ਬੁਰਦ ਕਰ ਲਈ ਸੀ। ASI ਮਨੀਸ਼ ਨੂੰ ਨਾਮਜ਼ਦ ਕੀਤਾ ਗਿਆ ਉਸ ਮਾਮਲੇ ਵਿੱਚ, ਜਦਕਿ ਤਤਕਾਲੀ ਸਟੇਸ਼ਨ ਇੰਚਾਰਜ ਨਵਦੀਪ ਸਿੰਘ ਹੈ ਕਹਿੰਦੇ ਉਹ ਮਾਮਲੇ 'ਚੋਂ ਸਾਫ਼ ਸੁਥਰਾ ਬਾਹਰ ਆ ਗਿਆ ਸੀ, ਬਚ ਕੇ ਨਿਕਲ ਗਿਆ ਸੀ। ਮਜੀਠੀਆ ਨੇ ਦੋਸ਼ ਲਾਇਆ ਕਿ ਨਵਦੀਪ ਦੀ ਸ਼ਰਾਬ ਤਸਕਰ ਸੋਨੂੰ ਟੈਂਕਰ ਨਾਲ ਵੀ ਹਿੱਸੇਦਾਰੀ ਹੈ, ਇਹਦੇ ਵਿੱਚ ਵੀ ਕਹਿੰਦੇ ਵਿਧਾਇਕ ਰਮਨ ਅਰੋੜਾ ਸ਼ਾਮਿਲ ਹੈ। ਸਵਾਲ ਪੁੱਛਿਆ ਕਿ ਆਖਿਰਕਾਰ ਇੱਕ ਥਾਣਾ ਇੰਚਾਰਜ ਕੋਲ ਇੰਨਾ ਪੈਸਾ ਕਿਵੇਂ ਆ ਗਿਆ ਕਿ ਉਹ ਸੂਰੀਆ ਐਨਕਲੇਵ ਦੇ ਵਿੱਚ ਕਰੀਬ 2 ਕਰੋੜ ਰੁਪਈਏ ਦੇ ਬਣੇ ਘਰ ਵਿੱਚ ਰਹਿੰਦਾ ਹੈ। ਸਾਰਾ ਪੈਸਾ ਕਹਿੰਦੇ ਨਸ਼ਾ ਤਸਕਰਾਂ ਦੀ ਮਿਲੀ ਭੁਗਤ ਦੇ ਨਾਲ ਉਹਦੇ ਕੋਲ ਆ ਰਿਹਾ ਹੈ, ਵੱਡਾ ਦਾਅਵਾ ਕੀਤਾ ਮਜੀਠੀਆ ਨੇ। ਤੇ ਇਹ ਵੀ ਕਿਹਾ ਕਿ ਨਵਦੀਪ ਨੂੰ ਫੜਿਆ ਇਸ ਕਰਕੇ ਨਹੀਂ ਜਾ ਰਿਹਾ ਕਿਉਂਕਿ ਉਹਦੇ ਸਿਰ ਤੇ ਲੀਡਰਾਂ ਦਾ ਹੱਥ ਹੈ। ਮਜੀਠੀਆ ਨੇ ਦਾਅਵਾ ਕੀਤਾ ਕਿ ਨਵਦੀਪ ਦਾ ਤਬਾਦਲਾ ਕਰਾਉਣ ਵਾਲਿਆਂ ਦੇ ਵਿੱਚ ACP ਨਿਰਮਲ ਸਿੰਘ ਵੀ ਸ਼ਾਮਲ ਸਨ। ਕਹਿੰਦੇ ਉਹਨੂੰ ਭਗੌੜੇ ਹੋਏ ਨੂੰ 25 ਦਿਨ ਹੋ ਗਏ ਨੇ ਪਰ ਹਾਲੇ ਤੱਕ ਉਸਦੀ ਸਨਮਾਨਿਤ ਕਰਨ ਵਾਲੀ ਫੋਟੋ ਥਾਣੇ 'ਚੋਂ ਨਹੀਂ ਹਟਾਈ ਗਈ। ਥੱਲੇ ਲਿਖਿਆ ਵਿਸ਼ੇਸ਼ ਸਨਮਾਨ ਇੰਸਪੈਕਟਰ ਨਵਦੀਪ ਸਿੰਘ ਰਾਮਾ ਮੰਡੀ ਪ੍ਰੈਜੈਂਟਡ ਬਾਏ ਜਿਹਨੇ ਵੀ ਕੀਤੀ ਹੈ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਉਹਨੂੰ ਤਾਂ ਲੱਥੇ ਨੂੰ ਭੱਜੇ ਨੂੰ 25 ਦਿਨ ਹੋ ਗਏ, ਇਹਦੀ ਹਾਲੇ ਤੱਕ ਉੱਥੇ ਕਾਹਦੇ ਲਈ ਬੋਰਡ ਲਾਇਆ ਹੋਇਆ? ਉਹ ਮਿਟੇਣ ਵਾਲਿਆਂ ਨੇ ਕੰਮ ਚੰਗਾ ਕੀਤਾ, ਸਾਰਾ ਕੁਝ ਮਿਟੇਤਾ, ਮਗਰ ਸੱਜੇ ਖੱਬੇ ਕੰਧ ਵੱਲ ਨਹੀਂ ਵੇਖਿਆ ਕਿ ਉਹ ਨਵਦੀਪ ਸਿੰਘ ਦਾ ਨਾਂ ਤਾਂ ਹਾਲੇ ਤੱਕ ਬੋਲਦਾ। ਮਤਲਬ ਉਹਦੀ ਚੜ੍ਹਾਈ ਵੇਖੋ, ਆਹ ਨਿਰਮਲ ਸਿੰਘ ਦੀ ਫੋਟੋ ਜੀ। ਇਹ ਲੋਕ ਇੱਥੇ ਬਹਿ ਕੇ ਪੁਸ਼ਟ ਪਣਾਈ ਵੀ ਕਰ ਰਹੇ ਆ, ਉਹਦੀ ਮਦਦ ਵੀ ਕਰ ਰਹੇ ਆ, ਔਰ ਇਹ ਸਾਰੇ ਫਰੋਡ 'ਚ ਇਹਨਾਂ ਦੀ ਹਿੱਸੇਦਾਰੀ ਹੈ। ਫਿਰ ਇਹ ਕਿੱਥੋਂ ਫੜਿਆ ਜਾਣਾ? ਪੁਲਿਸ ਨੂੰ ਮੈਂ ਪੁੱਛਣਾ ਚਾਹੁੰਦਾ, ਤੁਸੀਂ ਰੋਜ਼ ਖਬਰ ਲਾਉਂਦੇ ਹੋ ਕਿ ਅਸੀਂ ਅਰਮੇਨੀਆ ਤੋਂ, ਅਮਰੀਕਾ ਤੋਂ, ਕੈਨੇਡਾ ਤੋਂ, ਪਤਾ ਨਹੀਂ ਕਿੱਥੋਂ ਕਿੱਥੋਂ ਆ ਪਰਸੋਂ ਚੌਥੇ ਲੱਗੀ ਸੀ ਕਿ ਆ ਫੇਰ। ਹਾਲਾਂਕਿ ਆਮ ਆਦਮੀ ਪਾਰਟੀ ਦੇ MLA ਰਮਨ ਅਰੋੜਾ ਨੇ ਖਬਰਾਂ ਪੜੇ ਜਾਣ ਤੱਕ ਬਿਕਰਮ ਸਿੰਘ ਮਜੀਠੀਆ ਦੇ ਇਹਨਾਂ ਵੱਡੇ ਇਲਜ਼ਾਮਾਂ ਤੇ ਕੋਈ ਟਿੱਪਣੀ ਨਹੀਂ ਕੀਤੀ ਸੀ।